ਜਲੰਧਰ ਜਿਮਨੀ ਚੋਣ ਜਿੱਤਣ ਦੇ ਨਾਲ ਹੀ ਆਮ ਆਦੀ ਪਾਰਟੀ ਦਾ ਲੋਕ ਸਭਾ ਦੇ ਵਿੱਚ ਵੀ ਖਾਤਾ ਖੁੱਲ ਗਿਆ ਹੈ ਆਮ ਆਦੀ ਪਾਰਟੀ ਜਦੋਂ ਪਹਿਲੀ ਵਾਰ ਲੜੀ ਸੀ ਤੋਂ ਪੰਜਾਬ ਤੋਂ ਚਾਰ ਲੋਕ ਸਭਾ ਮੈਂਬਰ ਜਿੱਤੇ ਸਨ ਪੂਰੇ ਹਿੰਦੁਸਤਾਨ ਦੇ ਵਿੱਚ ਆਮ ਆਦੀ ਪਾਰਟੀ ਨੇ ਚੋਣਾਂ ਲੜੀਆਂ ਸੀ ਲੇਕਿਨ ਖਾਤਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਚਾਰ ਐਮਪੀ ਪਹਿਲੀ ਦਫਾ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀ ਜਦ 2014 ਦੀ ਗੱਲ ਹੈ ਤੇ ਉਦੋਂ ਭਗਵੰਤ ਮਾਨ ਪ੍ਰੋਫੈਸਰ ਸਾਧੂ ਸਿੰਘ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਉਸ ਤੋਂ ਬਾਅਦ 2019 ਦੀਆਂ ਪੈਂਦੀਆਂ ਫਿਰ ਲੋਕ ਸਭਾ ਚੋਣਾਂ ਤੇ ਪੰਜਾਬ ਚੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਿਰਫ ਭਗਵੰਤ ਮਾਨ ਹੀ ਲੋਕ ਸਭਾ ਮੈਂਬਰ ਬਣਦੇ ਨੇ ਤੇ ਪਾਰਟੀ ਦੀ ਤੇ ਪੰਜਾਬ ਦੀ ਗੱਲ ਪਾਰਲੀਮੈਂਟ ਦੇ ਵਿੱਚ ਰੱਖਦੇ ਨੇ ਯੂਰ ਸ਼ੋਰ ਦੇ ਨਾਲ ਉਸ ਤੋਂ ਬਾਅਦ ਉਹ ਜੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਖਾਤਾ ਕੁਝ ਨਹੀਂ ਹੁੰਦਾ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਮਤਲਬ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਆਵਾਜ਼ ਬਲੰਦ ਨਹੀਂ ਕਰ ਸਕਦਾ ਕਿਉਂਕਿ ਭਗਵੰਤ ਮਾਨ ਹੋਣੀ ਬਾਅਦ ਚ ਧੂਰੀ ਤੋਂ ਐਮਐਲਏ ਬਣ ਗਏ ਸਨ ਤੇ ਸੂਬੇ ਦੇ ਮੁੱਖ ਮੰਤਰੀ ਸੰਗਰੂਰ ਦੇ ਵਿੱਚ ਜਦੋਂ ਜਿਮਨੀ ਚੋਣ ਹੁੰਦੀ ਹੈ ਤੇ ਪਾਰਟੀ ਹਾਰ ਜਾਂਦੀ ਹੈ ਲੇਕਿਨ ਜਿਹੜੀ ਹੁਣ ਜਲੰਧਰ ਦੇ ਵਿੱਚ ਬੇਵਕਤੀ ਮੌਤ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੂਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਲੰਧਰ ਜਿਮਨੀ ਚੋਣ ਹੁੰਦੀ ਹੈ ਤੇ ਜਿੱਥੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦੇ ਤੇ 15 ਦਿਨ ਦੇ ਵਿੱਚ ਹੀ ਹੋ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਤੇ ਹੁਣ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਤੇ ਵਿੱਚ ਆਮ ਆਦੀ ਪਾਰਟੀ ਦੇ ਖਾਤਾ ਖੁੱਲ ਚੁੱਕਾ ਦੁਬਾਰਾ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਆਮ ਆਦੀ ਪਾਰਟੀ ਦੀ ਉਤੇ ਹਾਜ਼ਰੀ ਲਗਿਆ ਕਰੂਗੀ 11 ਮਹੀਨੇ ਪਾਰਲੀਮੈਂਟ ਚੱਲੇਗੀ ਹਾਲੇ ਲੇਕਨ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਹੁਣ ਆਮ ਆਦੀ ਪਾਰਟੀ ਜਿਹੜੀ ਇੱਕ ਨੈਸ਼ਨਲ ਪਾਰਟੀ ਬਣ ਚੁੱਕੀ ਆ ਤੇ ਉਹਦੇ ਰਾਜ ਸਭਾ ਤੇ ਲੋਕ ਸਭਾ ਅਗਰ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ 11 ਜਿਹੜੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਇੱਕ ਨੈਸ਼ਨਲ ਪਾਰਟੀ ਦਾ ਦਰਜਾ 11 ਮੈਂਬਰ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਉਹ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਤੋਂ ਸ਼ਸ਼ੀਲ ਰਿੰਕੂ ਨੇ ਖਾਤਾ ਖੋਲ ਦਿੱਤਾਗਾ ਔਰ ਜਿੱਥੇ ਕਿਉਂਕਿ 7 ਜਿਹੜੇ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਸੱਤੋ ਸੱਤੇ ਆਮ ਆਦਮੀ ਪਾਰਟੀ ਕੋਲ ਤੇ ਨਾਲ ਦੀ ਨਾਲ ਦਿੱਲੀ ਤੋਂ ਤਿੰਨ ਰਾਜ ਸਭਾ ਮੈਂਬਰ ਨੇ ਤੇ ਲੋਕ ਸਭਾ ਦੇ ਵਿੱਚ ਉਹ ਸ਼ਸ਼ੀਲ ਰਿੰਕੂ ਪਹੁੰਚ ਗਏ ਨੇ ਤੇ ਅਗਰ ਗੱਲ ਕੀਤੇ ਪੰਜਾਬ ਵਿਧਾਨ ਸਭਾ ਦੇ ਵਿੱਚ 92 ਐਮਐਲਏ ਨੇ ਆਵਾਦੀ ਪਾਰਟੀ ਕੋਲ ਦਿੱਲੀ ਵਿਧਾਨ ਸਭਾ ਦੇ ਵਿੱਚ 63 ਗੁਜਰਾਤ ਦੇ ਵਿੱਚ 2 ਤੇ ਗੋਵਾ ਦੇ ਵਿੱਚ ਆਵਾਦੀ ਪਾਰਟੀ ਕੋਲ 10 ਵਿਧਾਇਕ ਨੇ ਤੇ ਮਤਲਬ ਰਤ ਰਾਜ ਸਭਾ ਦੇ ਵਿੱਚ ਆਵਾਦੀ ਪਾਰਟੀ ਦੇ 10 ਮੈਂਬਰ ਪਾਰਲੀਮੈਂਟ ਨੇ 7 ਪੰਜਾਬ ਤੋਂ 3 ਦਿੱਲੀ ਤੋਂ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਇੱਕ ਮੈਂਬਰ ਬਣ ਚੁੱਕਾ ਆਵਾਦੀ ਪਾਰਟੀ ਤੋਂ 2024 ਦੇ ਲੋਕ ਸਭਾ ਚੋਣਾਂ ਨੂੰ ਮੈਜ ਹਜੇ 11 ਮਹੀਨੇ ਬਾਕੀ ਹੈ ਲਿਕਨ ਪਾਰਟੀ ਦੀ ਜਿਹੜਾ ਪਾਰਲੀਮੈਂਟ ਦੇ ਵਿੱਚ ਮੈਂਬਰ ਜਿੱਤ ਕੇ ਜਾਣਾ ਇਹ ਆਪਣੇ ਆਪ ਚ ਵੱਡੀ ਗੱਲ ਹੈ ਜਲੰਧਰ ਜਿਮਨੀ ਚੌਂਕ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਇਹੀ ਕਿਹਾ ਸੀ ਜਲੰਧਰ ਦੇ ਲੋਕਾਂ ਨੂੰ ਕਿ ਸੂਬੇ ਵਿੱਚ ਉਹਨਾਂ ਦੀ ਸਰਕਾਰ ਨੂੰ ਬਣੇ ਹਲੇ ਮਹਿਜ਼ 14 ਮਹੀਨੇ ਹੋਏ ਨੇ ਇੰਨੇ ਘੱਟ ਸਮੇਂ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਕਾਰਜ ਕੀਤੇ ਗਏ ਨੇ ਉਹਨਾਂ ਤੇ ਹੀ ਮੋਹਰ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਸੀ ਤੇ ਉਹ ਜਲੰਧਰ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਆ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦੀ ਪਾਰਟੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਉਹ ਤੇ ਡਵੈਲਪਮੈਂਟ ਦੀ ਰਾਜਨੀਤੀ ਕਰਦੀ ਆ ਸਕੂਲ ਆਫ ਐਮਿਨੈਂਸ ਮੱਲਾ ਕਲੀਨਿਕ ਦੇ ਨਾਮ ਤੇ ਵੋਟ ਮੰਗੀ ਸੀ ਉਹ ਜਲੰਧਰ ਦੇ ਲੋਕਾਂ ਨੇ ਮੋਹਰ ਲਗਾ ਦਿੱਤੀ ਆ ਸਰਕਾਰ ਨੇ ਬਿਜਲੀ ਬਿੱਲ ਜਿਹੜੇ ਲੋਕਾਂ ਦੇ ਜ਼ੀਰੋ ਕਰ ਦਿੱਤੇ ਸੀ ਉਸ ਤੇ ਜਲੰਧਰ ਦੇ ਲੋਕਾਂ ਨੇ ਮੋਹਰ ਲਗਾ ਦਿੱਤੀ ਆ ਇਨਫਰਾਸਟ੍ਰਕਚਰ ਤੇ ਸਰਕਾਰ ਫੋਕਸ ਕਰ ਰਹੀ ਆ ਤੇ ਲੋਕ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੀ ਜਨਤਾ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਪੋਜ਼ਿਟਿਵ ਰਾਜਨੀਤੀ ਆ ਉਹਨੂੰ ਪਸੰਦ ਕੀਤਾ ਹੈਗਾ ਪਹਿਲਾਂ ਵਿਧਾਨ ਸਭਾ ਦੇ ਵੇਲੇ ਤੇ ਹੁਣ ਜਿਹੜੀ ਜਲੰਧਰ ਜਮਨੀ ਚੋਣ ਆ ਉਹਦੇ ਵਿੱਚ ਔਰ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਉਧਰ ਸੁਪਰੀਮੋ ਜਿਹੜੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲੰਧਰ ਵਾਸੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਪਰਿਵਾਰਵਾਦ ਨੇ ਹਰਾਇਆ ਔਰ ਉਹਨੇ ਕਿਹਾ ਕਿ ਪਰਿਵਾਰਵਾਦ ਨੂੰ ਇਹ ਤਗੜੀ ਹਾਰ ਆ ਉਰਦਨ ਨਾਲ ਹੀ ਉਹਨੇ ਕਿਹਾ ਕਿ ਭਾਜਪਾ ਨੇ ਇਸ ਚੋਣ ਵਿੱਚ ਲੋਕ ਸਭਾ ਦੇ ਪੂਰਵ ਜਿਹੜੇ ਸਾਬਕਾ ਸਪੀਕਰ ਚਰਜੀਤ ਅਟਵਾਲ ਦੇ ਲੜਕੇ ਨੂੰ ਟਿਕਟ ਦਿੱਤੀ ਸੀ ਜਦ ਕਿ ਕਾਂਗਰਸ ਪਾਰਟੀ ਵੱਲੋਂ ਮਰਹੂਮ ਜਿਹੜੇ ਲੋਕ ਸਭਾ ਮੈਂਬਰ ਸਨ ਚੌਧਰੀ ਸੰਤੋਖ ਸਿੰਘ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਆਮ ਆਦੀ ਪਾਰਟੀ ਨੇ ਵੱਡੇ ਦਿਗਜਾਂ ਨੂੰ ਹਰਾ ਕੇ ਜਲੰਧਰ ਦੇ ਵਿੱਚ ਝੰਡਾ ਹੱਲ ਰਾਇਆ ਪਾਰਟੀ ਦਾ ਕੇਜਰੀਵਾਲ ਨੇ ਇਥੋਂ ਤੱਕ ਕਹਿ ਕੇ ਸਾਲ 2014 ਦੇ ਲੋਕ ਸਭਾ ਚੋਣਾਂ ਚ ਮੋਦੀ ਲਹਿਰ ਦੇ ਬਾਵਜੂਦ ਆਮ ਆਦੀ ਪਾਰਟੀ ਨੇ ਪੰਜਾਬ ਚ 13 ਲੋਕ ਸਭਾ ਚੋਂ 4 ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਸੀ 2019 ਵਿੱਚ ਚੋਣਾਂ ਦੇ ਵਿੱਚ ਸਿਰਫ ਪਾਰਟੀ ਕੋਲ ਇੱਕ ਲੋਕ ਸਭਾ ਸੀ ਮੈਂਬਰ ਸੀ ਉਹ ਸੀ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਸੀਟ ਚਾਹੇ ਆਮ ਆਦੀ ਪਾਰਟੀ ਹਾਰ ਗਈ ਸੀ ਲੇਕਿਨ ਹੁਣ ਜਲੰਧਰ ਜਿੱਤ ਕੇ ਦੁਬਾਰਾ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੀ ਐਂਟਰੀ ਹੋ ਚੁੱਕੀ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਲ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦੀ ਪਾਰਟੀ ਨੂੰ 117 ਚੋਂ 92 ਸੀਟਾਂ ਪ੍ਰਾਪਤ ਹੋਈਆਂ ਸੀ ਸਰਕਾਰ ਬਣੀ ਸੀ ਉਸ ਸਮੇਂ ਪੂਰੇ ਪੰਜਾਬ ਦੇ ਵਿੱਚ ਵੇਵ ਸੀ ਪਾਰਟੀ ਦੀ ਲੇਕਿਨ ਜਲੰਧਰ ਲੋਕ ਸਭਾ ਅਧੀਨ ਪੈਂਦੇ 9 ਹਲਕਿਆਂ ਦੇ ਵਿੱਚ ਸਿਰਫ 4 ਤੇ ਹੀ ਆਮ ਆਦੀ ਪਾਰਟੀ ਜਿੱਤ ਸਕੀ ਸੀ ਜਦਕਿ 5 ਸੀਟਾਂ ਤੇ ਕਾਂਗਰਸ ਪਾਰਟੀ ਨੇ ਐਮਐਲਏ ਜਿੱਤੇ ਸਨ ਪਰ ਹੁਣ ਜਿਹੜੀਆਂ ਲੋਕ ਸਭਾ ਉਪ ਚੋਣਾਂ ਹੋਇਆ ਜਿਮਨੀ ਚੋਣਾਂ ਜਾਂ ਉਹਦੇ ਚ 9 ਚੋਂ 7 ਸੀਟਾਂ ਤੇ ਆਮ ਆਦੀ ਪਾਰਟੀ ਨੇ ਲੀਡ ਹਾਸਲ ਕੀਤੀ ਹੈ ਸਿਰਫ ਜਲੰਧਰ ਨਾਰਥ ਤੇ ਜਲੰਧਰ ਸੈਂਟਰ ਸੀਟ ਤੇ ਆਮ ਆਦੀ ਪਾਰਟੀ ਦਾ ਉਮੀਦਵਾਰ ਥੋੜਾ ਪਿੱਛੇ ਰਿਹਾ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਹਿ ਕੇ 2022 ਦੇ ਅਸੈਂਬਲੀ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਦੀ ਜਿਹੜੀ ਓਵਰਆਲ ਜਿਹੜੀ 42% ਦੀ ਵੋਟ ਮਿਲੇ ਸੀ ਅਗਰ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਸਿਰਫ 28% ਦੀ ਵੋਟਾਂ ਮਿਲੀਆਂ ਸੀ ਪਰ ਜਿਹੜੀ ਆ ਜਿਮਨੀ ਚੋਣ ਹੋਈ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 4% ਦੀ ਜ਼ਿਆਦਾ ਵੋਟ ਮਿਲੇ ਨੇ ਤੇ 2022 ਵਿਧਾਨ ਸਭਾ ਚੋਣਾਂ ਵਿੱਚ 4 ਸੀਟਾਂ ਸ਼ਾਹਕੋਟ ਆਦਮਪੁਰ ਫਲੋਰ ਤੇ ਜਲੰਧਰ ਨਾਰਥ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਸਰੇ ਨੰਬਰ ਤੇ ਰਹੇ ਸੀ ਲੇਕਿਨ ਇਸ ਵਾਰ 4 ਸੀਟਾਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰੋਂ ਪਹਿਲੇ ਨੰਬਰ ਦੇ ਰਹੇ ਨੇ ਸਿਰਫ ਜਲੰਧਰ ਨਾਰਥ ਸੀਟ ਤੇ ਹੀ ਦੂਜੇ ਨੰਬਰ ਦੇ ਰਹੀ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਰਵਿੰਦ ਕੇਜਰੀ ਵਾਲੇ ਵੀ ਕੇਂਦਰ ਕੇ ਜਲੰਧਰ ਦਾ ਇੱਕ ਨਤੀਜਾ ਅਨ ਪ੍ਰੈਜ਼ੀਡੈਂਟਲ ਜਿੱਤ ਆ। ਜਲੰਧਰ ਕਾਂਗਰਸ ਪਾਰਟੀ ਦਾ ਗੜ੍ਹ ਸੀ। ਪਿਛਲੇ 60 ਸਾਲਾਂ ਚੋਂ 50 ਸਾਲ ਇਹ ਸੀਟ ਕਾਂਗਰਸ ਪਾਰਟੀ ਜਿੱਤਦੀ ਰਹੀ ਆ। ਲੇਕਿਨ ਇਸ ਤੋਂ ਬਾਅਦ ਉਹਨਾਂ ਦੀ ਪਾਰਟੀ ਨੇ ਆਮ ਆਦੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਗੜ੍ਹ ਵਿੱਚ ਉਹਨਾਂ ਨੂੰ ਹਰਾਉਂਦੇ ਹੋਏ ਆਮ ਆਦੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਚੰਗਾ ਕੰਮ ਕਰ ਰਹੀ ਆ ਤੇ ਜਲੰਧਰ ਜਿਮਨੀ ਚੋਣ ਦਾ ਜਿਹੜਾ ਰਿਜ਼ਲਟ ਆਇਆ ਉਹ ਉਸ ਦਾ ਪ੍ਰਤੱਖ ਪ੍ਰਮਾਣ ਆ ਫਿਲਹਾਲ ਦੇਖਦੇ ਆ ਕਿ ਆਮ ਆਦੀ ਪਾਰਟੀ ਨੇ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਚਾਹੇ ਉਹ ਭਗਵੰਤ ਮਾਨ ਹੋਣ ਉਹਨਾਂ ਨੇ ਜਲੰਧਰ ਵਾਸੀਆਂ ਤੋਂ ਇਹੀ ਕਿਹਾ ਸੀ ਕਿ ਸਾਨੂੰ ਇੱਕ ਹੋਰ ਮੌਕਾ ਦਿਓ ਜੇ ਅਸੀਂ ਨਕੰਮੇ ਸਾਬਤ ਹੋਵਾਂਗੇ ਤੇ ਸਾਨੂੰ ਵੋਟ ਨਾ ਦਿਓ ਤੇ ਜਲੰਧਰ ਦੇ ਲੋਕਾਂ ਨੇ ਇਹ ਉਹਨਾਂ ਦੀ ਗੱਲ ਉਨ੍ਹਾਂ ਦੇ ਜਲੰਧਰ ਵਾਸੀਆਂ ਦੇ ਦਿਲ ਨੂੰ ਛੁਹੀਤ ਇਸੇ ਕਰਕੇ ਸ਼ਸ਼ੀਲ ਰਿੰਕੂ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦੀ ਪਾਰਟੀ ਦੇ ਉਮੀਦਵਾਰ ਕੋਈ ਹਾਰ ਗਏ ਸੀ ਵਿਧਾਨ ਸਭਾ ਚੋਂ ਉਹ ਸ਼ਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੇ ਸ਼ਾਮਲ ਹੋ ਜਾਂਦੇ ਨੇ ਅੱਜ ਉਹ ਆਮ ਆਦੀ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਦੇਖਦੇ ਆ ਕਿ ਜਲੰਧਰ ਵਾਸੀਆਂ ਦੀ ਜਿਹੜੀ ਆਵਾਜ਼ ਆ ਸ਼ਸ਼ੀਲ ਰਿੰਕੂ 11 ਮਹੀਨਿਆਂ ਦੇ ਵਿੱਚ ਕਿੰਨੀ ਬਲੰਦ ਕਰ ਪਾਉਂਦੇ ਨੇ ਫਿਲਹਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਦੇਖਦੇ ਰਹੋ ABC ਪੰਜਾਬ ਧੰਨਵਾਦ